بسم اللہ الرحمن الرحیم یا کنا بدو ویہ کنا استعین السلام علیکم جی اللہ دے فضل نال اللہ دے کرم نال امید ہے ਤੁਸੀਂ بھی خیر و خیریت طرح ہوو گے اللہ تعالی تانوں بیماریاں تو پریشانیاں تو محفوظ رکھے آمین ਤੁਸੀਂ دیکھ دے اپنا یوٹیوب چینل ایگری کھانےوال 168 میں محمد عمران بھائی اپا مکی نو سپرے کیتی سی گاند والی او تانوں دکھوانا میں کہ گاند صحیح ڑیا یا کہ نہیں صحیح ڑیا ਉਹ ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ ਚੜ੍ਹਦੇ ਪੰਜਾਬ ਵਾਲਿਆਂ ਨੂੰ ਆਈ ਲਵ ਯੂ ਹੋ ਗਿਆ ਲੰਦੇ ਪੰਜਾਬ ਵਾਲਿਆਂ ਨੂੰ ਸਲਾਮ ਹੋ ਗਿਆ ਕੈਨੇਡਾ ਵਾਲਿਆਂ ਨੂੰ ਯੂਰਪ ਵਾਲਿਆਂ ਨੂੰ ਦੁਬਈ ਵਾਲਿਆਂ ਨੂੰ ਸਾਊਦੀ ਵਾਲਿਆਂ ਨੂੰ ਸਾਰਿਆਂ ਨੂੰ ਸਲਾਮ ਹੋ ਗਿਆ ਜਿਹੜੇ ਜਿਹੜੇ ਮੇਰੇ ਭਰਾ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਜਿਹੜੇ ਵੀ ਮੁਲਕਾਂ ਦੇ ਵਿੱਚ ਗਏ ਹੋਏ ਮੇਰੇ ਪਾਕਿਸਤਾਨ ਦੇ ਮੇਰੇ ਵੀਰ ਮੇਰੇ ਦੋਸਤ ਮੇਰੇ ਭਰਾ ਉਹਨਾਂ ਨੂੰ ਵੀ ਵੈਲਕਮ ਹੋ ਗਿਆ ਜਿਹੜੇ ਮੇਰੇ ਸਿੱਖ ਵੀਰ ਮੇਰੇ ਮਿੱਤਰ ਮੇਰੇ ਦੋਸਤ ਮੇਰੇ ਭਰਾਵਾ ਉਹਨਾਂ ਨੂੰ ਵੀ ਸਲਾਮ ਹੋ ਗਿਆ ਆਈ ਲਵ ਯੂ ਚੜਦੇ ਪੰਜਾਬ ਵਾਲਿਓ ਔਰ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਅੱਛਾ ਭਾਈ ਮੈਂ ਹੁਣ ਤੁਹਾਨੂੰ ਦਿਖਾਉਣਾ ਜਿਹੜੀ ਆਪਾਂ ਸਪਰੇ ਮੱਕੀ ਨੂੰ ਕੀਤੀ ਸੀਗੀ ਉਹ ਆ ਦੇਖੋ ਖਾ ਭਾਈ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਸੀਗਾ ਘਾਹ ਹਰਾਈ ਸੀਗਾ ਜਿੱਦਣ ਆਪਾਂ ਮੱਕੀ ਨੂੰ ਜ਼ਹਿਰ ਪਾਉਂਦੇ ਪੈ ਸੀ ਯਾਨੀ ਕਿ ਚੁੰਡੀ ਵਾਲੀ ਜ਼ਹਿਰ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਵੀ ਸੀ ਉਸ ਦਿਨ ਮੈਂ ਤੇ ਉਸ ਦਿਨ ਇੱਕ ਘਾਹ ਤੇ ਇੱਟ ਸਿੱਟ ਤੇ ਗੰਦ ਆਪਣੀ ਮੱਕੀ ਦੇ ਵਿੱਚ ਬਹੁਤ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਪਰੇ ਕੀਤੀ ਸੀਗੀ ਸਪਰੇ ਕਰਕੇ ਤੇ ਫੇਰ ਨੂੰ ਪਾਣੀ ਲਾਇਆ ਵਾ ਤੇ ਇਦਾਂ ਦਾ ਗੰਦੇ ਹੋ ਗਿਆ ਵਾ ਜੀ ਨਹੀਂ ਕਿ ਸੜ ਗਿਆ ਵਾ ਲੱਕਰੇ ਇੱਕ ਮਿੰਟ ਦੇ ਵਿੱਚ SLA 1000 ਲਾਜ਼ਮੀ ਦੱਚੋ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜ਼ਹਿਰ ਪਾਈ ਹੋਈ ਆ ਦਾਣੇਦਾਰ ਇੱਕ ਦਫਾ ਪਾਈ ਆ ਤੇ ਸੁੰਡੀ ਹਜੇ ਵੀ ਹੈਗੀ ਆ ਦੂਜੀ ਦਫਾ ਫੇਰ ਪਾਣੀ ਪਾਣੀ ਆ ਦੇਖੋ ਨਾ ਇਹ ਦੇਖੋ ਜ਼ਹਿਰ ਵੀ ਵਿੱਚ ਟਾਂਡਿਆਂ ਦੇ ਵਿੱਚ ਹੈਗੀ ਆ अच्छा भाई कोई कोई ਜਿਹੜਾ ਟਾਂਡਾ ਨਾ ਮੱਕੀ ਦਾ ਉਹ ਇਸ ਤਰੀਕੇ ਵੀ ਹੋ ਗਿਆ ਵਾ 컬러 ਕਰ ਗਿਆ ਵਾ ਆ ਦੇਖੋ ਨਾ ਇਹਨੂੰ ਗੰਦ ਵਾਲੀ ਸਪਰੇ ਥੋੜੀ ਜੀ ਮੇਰੇ ਖਿਆਲ ਜ਼ਿਆਦੀ ਵੱਜ ਗਈ ਆ ਜਾਂ ਉੱਤੇ ਵੱਜ ਗਈ ਆ ਇਸ ਇਸ ਵਜ੍ਹਾ ਤੋਂ ਜਿਹੜਾ ਨਾ ਏਦਾਂ ਹੋਇਆ ਵਾ ਆ ਦੇਖੋ ਸੁੰਡੀ ਦਾ ਕਮਾਲ ਹਜੇ ਇਹਦੇ ਵਿੱਚ ਦਵਾਈ ਆ ਦੇਖੋ ਪਈ ਹੋਈ ਆ ਇਹ ਵੀ ਉਂਗਲ ਦੇ ਨਾਲ ਲੱਗਦੀ ਪਈ ਤੇ ਸੁੰਡੀ ਦਾ ਹਾਲਾਤ ਦੇਖੋ ਸੁੰਡੀ ਫੇਰ ਵੀ ਉਸੇ ਤਰੀਕੇ ਹੀ ਹੈ ਤੇ ਬਾਈ ਆਪਾਂ ਆਪਾਂ ਫੇਰ ਅੱਲਾ ਖੈਰ ਕਰੇ ਹੁਣ ਪਾ ਦਵਾਂਗੇ ਤੇ ਮਰ ਜੂਗੀ ਆਪਣਾ ਖਿਆਲ ਰੱਖਿਓ ਦੁਆਵਾਂ ਵਿੱਚ ਮੈਨੂੰ ਯਾਦ ਰੱਖਿਓ ਅੱਲਾ ਹਾਫਿਜ਼